ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। BSF ਦੀ 89 ਬਟਾਲੀਅਨ ਵੱਲੋਂ ਡੇਰਾ ਨਾਨਕ ਅਧੀਨ ਪਿੰਡ ਚੰਦੂ ਵਡਾਲਾ ਵਿਖੇ ਘਰੇਲੂ ਤੇ ਖੇਡਾਂ ਦਾ ਸਮਾਨ ਆਮ ਲੋਕਾਂ ਨੂੰ ਭੇਂਟ ਕੀਤਾ ਗਿਆ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਨ ਵੀ ਦਬਾ ਲਓ। ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ BSF ਦੀ 89 ਬਟਾਲੀਅਨ ਵੱਲੋਂ ਡੇਰਾ ਨਾਨਕ ਦੇ ਨੇੜਲੇ ਪਿੰਡ ਚੰਦੂ ਵਡਾਲਾ ਵਿਖੇ ਖੇਡਾਂ ਦਾ ਸਮਾਨ, ਸੋਲਰ ਲਾਈਟਾਂ, RO, ਪਾਣੀ ਵਾਲੀ ਟੈਂਕੀ, ਕੂਲਰ, ਕੁਰਸੀਆਂ, ਟੇਬਲ ਅਤੇ ਹੋਰ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਜ਼ਰੂਰੀ ਸਮਾਨ ਲੋਕਾਂ ਦੇ ਵਿੱਚ ਵੰਡਿਆ ਗਿਆ ਤੇ ਉੱਥੇ ਹੀ ਸ਼੍ਰੀ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਕੀਤੀ ਗਈ। BSF ਦੀ 89 ਬਟਾਲੀਅਨ ਦੇ ਕਮਾਂਡਰ ਪ੍ਰਦੀਪ ਕੁਮਾਰ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਤੇ ਆਮ ਲੋਕਾਂ ਦੇ ਨਾਲ ਸਦਭਾਵ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਜ਼ਰੂਰੀ ਦੱਸਿਆ। ਉੱਧਰ ਪਿੰਡ ਵਾਸੀਆਂ ਅਤੇ ਮੋਤਬਰ ਲੋਕਾਂ ਵੱਲੋਂ ਇਸ ਪ੍ਰੋਗਰਾਮ ਦੀ ਜੰਮ ਕੇ ਤਾਰੀਫ ਕੀਤੀ ਗਈ। ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਅੱਜ ਦਾ ਪ੍ਰੋਗਰਾਮ ਜੋ ਪਿੰਡ ਚੰਦੂਵਾਲੇ ਵਿਖੇ ਕਰਾਇਆ ਜਾ ਰਿਹਾ ਵਾ, ਸਮੇਂ ਸਮੇਂ ਦੇ ਵਿੱਚ ਹੀ, ਕਿਉਂਕਿ ਸਾਡੇ ਬਾਰਡਰ ਪੱਟੀ ਦੇ ਪਿੰਡ ਨੇ, ਇਹਨਾਂ ਦੇ ਵਿੱਚ BSF ਦਾ ਅਤੇ ਬਾਰਡਰ ਦੇ ਲੋਕਾਂ ਦਾ ਬਹੁਤ ਵਧੀਆ ਤਾਲਮੇਲ ਹੈ। ਇਸ ਕਰਕੇ ਸਮੇਂ ਸਮੇਂ ਅਨੁਸਾਰ ਇਹ ਕੈਂਪ ਲਗਾਉਂਦੇ ਰਹਿੰਦੇ ਹਨ। ਜਿੱਦਾਂ ਸਪੋਰਟਸ ਦਾ ਸਮਾਨ ਦਿੱਤਾ, ਅੱਜ RO ਵੀ ਦਿੱਤੇ ਨੇ ਨਾ, ਕੁਝ ਸਕੂਲਾਂ ਨੂੰ ਸਮਾਨ ਦਿੱਤਾ, ਕੁਝ ਕਲੱਬਾਂ ਨੂੰ ਸਮਾਨ ਦਿੱਤਾ ਵਾ। ਬਹੁਤ ਵਧੀਆ ਉਪਰਾਲਾ BSF ਦਾ ਇਹ। ਟੋਏ ਸਾਹਿਬ, ਆਲ ਅਫਸਰਸ, ਸੂਬੇਦਾਰ ਸਾਹਿਬ ਔਰ ਬਾਕੀ ਸਭ ਸਟਾਫ, ਇਲਾਵਾ ਇਸ ਤੋਂ ਪਿੰਡ ਚੰਦੂਵਡਾਲਾ ਦੇ ਸਰਪੰਚ ਸਾਹਿਬ ਸਰਦਾਰ ਜਗਦੀਸ਼ ਸਿੰਘ, ਕਰਨਾਲਪੁਰ ਜੱਟਾਂ ਦੇ ਸਰਦਾਰ ਹਰਦਿਆਲ ਸਿੰਘ ਸਾਹਿਬ, ਰੋਸੇ ਤੋਂ ਸਰਦਾਰ ਪ੍ਰਭਸਰਨ ਸਿੰਘ ਅਤੇ ਗਵਾਨਾ ਤੋਂ ਸਰਦਾਰ ਕੁਲਦੀਪ ਸਿੰਘ, ਬਾਹਰੋਂ ਆਏ ਹੋਏ ਸਾਰੇ ਸੱਜਣਾਂ ਦਾ ਅਤੇ ਆਪਣੇ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਸਭ ਤੋਂ ਜ਼ਿਆਦਾ ਅੱਜ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਕਿ ਜੋ ਕਮਾਂਡੈਂਟ ਸਾਹਿਬ ਨੇ ਸਾਡੇ ਪਿੰਡ ਚੰਦੂ ਵਡਾਲਾ ਦਾ ਮਾਨ ਸਨਮਾਨ ਇਸ ਪਲੇਅਰ ਨੂੰ ਔਰ ਬਾਕੀ ਇਹ ਸਾਰਾ ਜੋ ਇੰਗਲਿਸ਼ ਵਿੱਚ EA ਕਹਿੰਦੇ ਨੇ, ਉਹ ਸਨਮਾਨ ਦੇ ਕੇ ਬਹੁਤ ਹੀ ਜ਼ਿਆਦਾ ਸਨਮਾਨ ਕੀਤਾ। ਪਿੰਡ ਵਾਲੇ ਅਤੇ ਬਾਹਰੋਂ ਆਏ ਹੋਏ ਸਾਰੇ ਸੱਜਣ, ਕਮਾਂਡੈਂਟ ਸਾਹਿਬ ਅਤੇ ਬਾਕੀ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ। ਜੈ